ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ। ਝੋਨੇ ਦੀ ਸਿੱਧੀ ਬਿਜਾਈ ਅੱਜ ਸਰਦਾਰ ਸੁਰਿੰਦਰ ਸਿੰਘ ਪਿੰਡ ਚੱਕ ਮਾਫੀ ਅੜੇ ਗਾਂਹ ਵਧੂ ਕਿਸਾਨ ਉਹਨਾਂ ਦੇ ਖੇਤ ਵਿੱਚ ਚੱਲ ਰਹੀ ਹੈ। ਅਤੇ ਅੱਜ ਜਿਹੜੀ ਬਿਜਾਈ ਹੈ ਇੱਕ ਏਕੜ ਦੀ ਪਹਿਲਾਂ ਹੋ ਚੁੱਕੀ ਹੈ, ਦੂਸਰਾ ਇੱਕ ਕਿੱਲਾ ਸਾਡਾ ਚੱਲ ਰਿਹਾ ਅਤੇ ਟੋਟਲ 3 ਏਕੜ ਦਾ ਟਰਾਇਲ ਅੱਜ ਅਸੀਂ ਇੱਥੇ ਲਾਉਣ ਜਾ ਰਹੇ ਹਾਂ। ਅਤੇ ਕਿਸਾਨ ਵੀਰੋ, ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਕੋਵਿਡ-19 ਕਰਕੇ ਜਿਵੇਂ ਲੇਬਰ ਦੀ ਘਾਟ ਹੈ, ਤਾਂ ਝੋਨੇ ਦੀ ਸਿੱਧੀ ਬਿਜਾਈ ਜਿੱਥੇ ਬਿਜਾਈ ਕੱਦੂ ਦਾ ਖਰਚਾ, ਡੀਜ਼ਲ ਦਾ ਖਰਚਾ, ਲੇਬਰ ਦਾ ਖਰਚਾ, ਲਵਾਈ ਦਾ ਖਰਚਾ, ਇਹ ਸਾਰੇ ਖਰਚੇ ਸਾਡੇ ਘਟਦੇ ਆ। ਉਹਦੇ ਨਾਲ ਨਾਲ ਸਾਡਾ ਬਹੁਤ ਹੀ ਵਡਮੁੱਲਾ ਸਰੋਤ ਪਾਣੀ, ਉਹ 10-15% ਉਹਦੀ ਬੱਚਤ ਹੁੰਦੀ ਹੈ। ਸੋ ਕਿਸਾਨ ਵੀਰੋ, ਆਓ ਸਾਰੇ ਕਿਸਾਨ ਵੀਰ, ਕੁਝ ਨਾ ਕੁਝ ਏਰੀਆ ਅਸੀਂ ਝੋਨੇ ਦੀ ਸਿੱਧੀ ਲਵਾਈ ਸਹੀ ਢੰਗ ਨਾਲ, ਸਹੀ ਸਮੇਂ 'ਤੇ, ਸਹੀ ਡੂੰਘਾਈ 'ਤੇ, ਸਹੀ ਟਕਨੀਕ ਦੀ ਵਰਤੋਂ ਕਰਦੇ ਹੋਏ ਲਾਈਏ, ਤਾਂ ਕਿ ਅਸੀਂ ਇਸ ਨੂੰ ਤਕਨੀਕ ਨੂੰ ਕਾਮਯਾਬ ਕਰ ਸਕੀਏ। ਅਤੇ ਖੇਤੀਬਾੜੀ ਵਿਭਾਗ ਤੁਹਾਡੀ ਸੇਵਾ 'ਚ ਹਾਜ਼ਰ ਹੈ। ਅਤੇ ਜਿੰਨੇ ਵੀ ਕਿਸਾਨ ਵੀਰ ਸਿੱਧੀ ਬਿਜਾਈ ਕਰਨਾ ਚਾਹੁੰਦੇ ਨੇ, ਉਹ ਸਹੀ ਢੰਗ ਨਾਲ ਕਰਨ, ਤਾਂ ਕਿ ਅਸੀਂ ਇਹਨੂੰ ਕਾਮਯਾਬ ਕਰ ਸਕੀਏ। ਬਹੁਤ ਬਹੁਤ ਧੰਨਵਾਦ ਜੀ।